ਇੱਕ ਵਿਸ਼ੇਸ਼ ਭਾਈਚਾਰੇ ਦੇ ਖਿਲਾਫ ਅੱਗ ਉਗਲੀ ਜਾੜੀ ਆ ਇਹ ਕਹਿਣ ਤੋਂ ਕੋਈ ਝਿਜਕ ਨਹੀਂ ਆ ਵੀ ਇਹ ਟਾਰਗੇਟ ਮੁਸਲਿਮ ਭਾਈਚਾਰੇ ਨੂੰ ਇਸ ਟਾਈਮ ਵੱਡੇ ਪੱਧਰ ਦੇ ਉੱਤੇ ਕੀਤਾ ਜਾ ਰਿਹਾ ਆ ਇਸ ਟਾਈਮ ਅਜਿਹੇ ਲੋਕ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਲੋਕ ਜਿਹੜੇ ਬੇਲ ਦੇ ਉੱਤੇ ਬਾਹਰ ਨੇ ਉਹ ਫੇਰ ਜ਼ਹਿਰ ਉਗਲ ਰਹੇ ਨੇ ਹਿੰਦੂਆਂ ਨੂੰ ਇਹ ਕਹਿ ਰਹੇ ਆ ਵੀ ਤੁਸੀਂ ਜਿਹੜਾ ਆ ਜੀ ਹੁਣੇ ਹੀ ਜਾ ਕੇ ਘਰ ਜਾ ਕੇ ਨਿਆਣੇ ਜਿਹੜਾ ਉਹ ਜੰਮ ਜੇ ਕਿਤੇ ਮੁਸਲਮ ਪ੍ਰਧਾਨ ਮੰਤਰੀ ਬਣ ਗਿਆ ਤੇ ਇੱਥੇ ਪਤਾ ਨਹੀਂ ਬਣਨਾ ਕੀ ਆ ਇਸ ਤੋਂ ਪਹਿਲਾਂ ਇਦਾਂ ਦੀ ਕੋਈ ਮਹਾ ਪੰਚਾਇਤ ਜਿਹੜੀ ਇਹਨਾਂ ਨੇ Hindu Mahasabha ਜਿਹੜੀ ਕੀਤੀ ਸੀ ਉਸ ਵਿੱਚ ਕਿਸ ਤਰੀਕੇ ਦੇ ਨਾਲ ਜੇ ਲੋੜ ਪਈ ਤਾਂ ਅਸੀਂ ਇਸ ਧਰਮ ਦੇ ਲੋਕਾਂ ਨੂੰ ਮਾਰ ਵੀ ਦਵਾਂਗੇ ਅੱਜ ਇਹਨਾਂ ਦੇ ਉੱਤੇ ਆ ਕੱਲ ਨੂੰ ਹੋਰ ਪਤਾ ਨਹੀਂ ਕਿੰਨਾ ਕਿਦਾਂ ਨੂੰ ਇਸ ਤਰੀਕੇ ਦੇ ਨਾਲ ਅੰਜਰ ਜਿਹੜਾ ਉਹ ਕਰ ਰਹੇ ਆ ਉਹਨਾਂ ਦੇ ਖਿਲਾਫ ਕਿਦਾਂ ਭੜਕਾਹਟ ਜਿਹੜੀ ਉਹ ਫਲਾ ਰਹੇ ਬਿਲਕੁਲ ਦਿੱਲੀ ਦੇ ਬਰਾੜੀ ਦੇ ਮੈਦਾਨ ਦੇ ਵਿੱਚ ਨਾ ਜੀ ਇੱਕ ਜਿਹੜੀ ਹੈ Hindu ਪੰਚਾਇਤ ਮਹਾਪੰਚਾਇਤ ਕਹਿ ਸਕਦੇ ਹੁਈ ਹੈ ਔਰ ਇਹਦੇ ਵਿੱਚ ਇੱਕ ਮਹੰਤ ਆਇਆ ਸੀ ਯਤੀ ਨਰਸਿੰਘਾ ਨਾਮ ਉਹਦਾ ਨਾਮ ਹੈ ਤੇ ਉਹ ਖੁੱਲੇ ਆਮ ਹਿੰਦੂਆਂ ਨੂੰ ਮੰਚ ਤੋਂ ਕਹਿੰਦਾ ਵੀ ਜ਼ਿਆਦਾ ਬੱਚੇ ਪੈਦਾ ਕਰੋ ਹਥਿਆਰ ਚੁੱਕੋ ਜੇ ਮੁਸਲਮਾਨ ਇੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਬਣ ਗਿਆ ਉਹ ਕਹਿੰਦਾ ਵੀ ਭਾਰਤ ਦੇ 50% ਲੋਕ ਜਿਹੜੇ ਆ ਉਹ ਧਰਮ ਬਦਲ ਲੈਣਗੇ 40% ਦੀ ਹਿੰਦੂਆਂ ਦਾ ਕਤਲ ਹੋ ਜਾਊਗਾ 10% ਦੇ ਹਿੰਦੂ ਆਪਣੀਆਂ ਇਹ ਗਿਆ ਪੈਣਾ ਮੁਸਲਮਾਨਾਂ ਨੂੰ ਦੇ ਜਾਣਗੇ ਜਾਂ ਰਿਫਿਊਜੀ ਕੈਂਪਾਂ ਦੇ ਵਿੱਚ ਛੱਡ ਜਾਣਗੇ ਵਿਦੇਸ਼ਾਂ ਦੇ ਵਿੱਚ ਰਹਿਣਗੇ ਇਹ ਹਿੰਦੂਆਂ ਦਾ ਭਵਿੱਖ ਆ ਜੇ ਕਹਿੰਦਾ ਇਹਨੂੰ ਤੁਸੀਂ ਬਦਲਣਾ ਵਾ ਕਿ ਮਰਦ ਬਣੋ ਮਰਦ ਕੌਣ ਹੁੰਦਾ ਜਿਹਦੇ ਹੱਥ ਵਿੱਚ ਹਥਿਆਰ ਹੁੰਦਾ ਇਹ ਸ਼ਰੇਆਮ ਪ੍ਰਵੋਕਣ ਆ ਪ੍ਰਵੋਕ ਆ ਸੋਸਾਇਟੀ ਔਰ ਖਾਸ ਗੱਲ ਇਹ ਆ ਵੀ ਦਿੱਲੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਮੇਰੇ ਖਿਆਲ ਦੇ ਨਾਲ ਪਹਿਲਾਂ ਦਿੱਲੀ ਪੁਲਿਸ ਨੇ ਹੀ ਦਿੱਲੀ ਡਿਫਾਈਨ ਕਰ ਲਈ ਅਸੀਂ ਕਿ ਦਿੱਲੀ ਪੁਲਿਸ ਕੀ ਆ ਦਿੱਲੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਹਿੰਦੂ ਮਹਾ ਪੰਚਾਇਤ ਦਾ ਪ੍ਰੋਗਰਾਮ ਦੇ ਪ੍ਰਬੰਧਨ ਨੂੰ ਆਗਿਆ ਵੀ ਨਹੀਂ ਸੀਗੀ ਉਹ ਉੱਥੇ ਇਹ ਚੀਜ਼ਾਂ ਕਹੀਆਂ ਗਈਆਂ ਨੇ ਔਰ ਬਰਾੜੀ ਦੇ ਵਿੱਚ ਬਹੁਤ ਵੱਡਾ ਮੰਚ ਸਜਾਇਆ ਸੀਗਾ ਭਾਗਵੇਂ ਝੰਡੇ ਲੱਗੇ ਸੀ ਪੰਡਾਲ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਜਿਹੜੇ ਹਿੰਦੂ ਸੰਗਠਨਾਂ ਨਾਲ ਜੁੜੇ ਵਰਕਰ ਆ ਪਹੁੰਚੇ ਸੀਗੇ ਅ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵਾਪਰੀਆਂ ਜਿਹੜਾ ਉਸ ਤੋਂ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਇਹ ਯਤੀ ਨਰ ਸਿੰਘ ਆਨੰਦ ਉਹੀ ਬੰਦਾ ਵਾ ਜੀ ਨੂੰ 2022 ਦੇ ਵਿੱਚ ਜਨੂਰੀ ਦੀ ਗੱਲ ਆ ਜਦੋਂ ਮੁਸਲਮਾਨਾਂ ਦੇ ਖਿਲਾਫ ੜਕਾਊ ਭਾਸ਼ਣ ਦੇ ਦੇ ਇਲਜ਼ਾਮ ਦੇ ਵਿੱਚ ਹਰਦਵਾਰ ਤੇ ਗ੍ਰਿਫਤਾਰ ਕੀਤਾ ਗਿਆ ਸੀ ਹਰਦਵਾਰ ਹਰਦਵਾਰੋਂ ਇੱਕ ਹੋਰ ਉੱਥੇ ਬੰਦਾ ਮੌਜੂਦ ਸੀ ਭਪਿੰਦਰ ਤੂਮਰ ਉਹਦਾ ਨਾਮ ਆ ਉਹ ਹਿੰਦੂ ਰੱਖਿਆ ਦਲ ਦਾ ਪ੍ਰਧਾਨ ਹੈ ਤੇ ਪਿੰਕੀਓ ਦਾ ਨਾਮ ਆ ਅਗਸਤ 2021 ਦੇ ਵਿੱਚ ਜੰਤਰ ਮੰਤਰ ਤੇ ਢੜਕਾਉ ਭਾਸ਼ਣ ਹੋਇਆ ਸੀਗਾ ਢੜਕਾਉ ਭਾਸ਼ਣਾ ਨੂੰ ਦੇਣ ਦੇ ਇਲਜ਼ਾਮ ਦੇ ਵਿੱਚ ਪਿੰਕੀ ਪਈਆ ਉਰਫ ਭਪਿੰਦਰ ਤੂਮਰ ਵੀ ਗ੍ਰਿਫਤਾਰ ਹੋ ਚੁੱਕਿਆ ਵਾ ਇੱਕ ਸੁਦਰਸ਼ਨ ਨਿਊਜ਼ ਚੈਨਲ ਦਾ ਸੰਪਾਦਕ ਹੈ ਸੁਰੇਸ਼ ਚੋਹਾਨਕੇ ਸੇਵ ਇੰਡੀਆ ਫਾਊਂਡੇਸ਼ਨ ਦਾ ਸੰਸਥਾਪਕ ਆ ਪ੍ਰੀਤ ਸਿੰਘ ਤੇ ਦੂਜੇ ਹੋਰ ਕਈ ਚਿਹਰੇ ਵੀ ਸੀਗੇ ਜਿਵੇਂ ਜਿਵੇਂ ਭੀੜ ਕੱਟੀ ਹੋਈ ਵਰਕਰਾਂ ਦੀ ਨਾਰੇਬਾਜ਼ੀ ਤੇਜ਼ ਹੁੰਦੀ ਗਈ ਤੇ ਪੁਲਿਸ ਮੌਕੇ ਤੇ ਮੌਜੂਦ ਸੀਗੀ ਔਰ ਖਾਸ ਗੱਲ ਇਹ ਹੈ ਕਿ ਕਸ਼ਮੀਰ ਫਾਇਜ਼ ਦਾ ਜ਼ਿਕਰ ਹੁੰਦਾ ਵਾ ਕਸ਼ਮੀਰ ਫਾਇਜ਼ ਦਾ ਜ਼ਿਕਰ ਕਰਕੇ ਇਹ ਗੱਲਾਂ ਕਹੀਆਂ ਜਾਂਦੀਆਂ ਕਿ ਕਸ਼ਮੀਰ ਫਾਇਜ਼ ਫਿਲਮ ਜਿਹੜੀ ਆ ਤੁਸੀਂ ਵੱਧ ਤੋਂ ਵੱਧ ਦਿਖਾਓ ਉਹ ਕਹਿਣਗੇ ਉਹ ਕਹਿੰਦੇ ਕਿ ਜੇਕਰ ਤੁਸੀਂ ਚਾਹੋ ਨੇ ਆ ਕਿ ਧਰਤੀ ਤੇ Hindu Muslimਾਂ ਦੀ ਲੜਾਈ ਨਾ ਹੋਵੇ ਤੇ ਇੱਕੋ ਤਰੀਕਾ ਹੈ ਕਸ਼ਮੀਰ ਫਾਇਜ਼ ਦੇਖੋ ਕਸ਼ਮੀਰ ਦੇ ਲੋਕ ਆਪਣੀਆਂ ਜ਼ਮੀਨਾਂ ਜਾਇਦਾਦਾਂ ਨੂੰ ਛੱਡ ਕੇ ਭੱਜੇ ਸੰਨ ਇਸ ਤਰ੍ਹਾਂ ਤੁਸੀਂ ਵੀ ਛੱਡ ਕੇ ਭੱਜ ਜਾਓ ਜਾਂ ਹਿੰਦੂਮਾਸਾਗਰ ਦੇ ਵਿੱਚ ਡੁੱਬ ਕੇ ਮਰ ਜਾਓ। બીજી ਗੱਲ ਇਹ ਆ ਵੀ ਪੱਤਰਕਾਰ ਜਿਹੜੇ ਉੱਥੇ ਨਿਸ਼ਾਨਾ ਬਣੇ ਵਰਕਰਾਂ ਪੱਤਰਕਾਰਾਂ ਨੂੰ ਉੱਥੇ ਧੱਕੇ ਮਾਰੇਗੇ ਜਿਹੜੇ ਖੱਬੇ ਪੱਖੀ ਲੋਕ ਸੀਗੇ ਉਹਨਾਂ ਨੂੰ ਵੀ ਧੱਕੇ ਮਾਰੇਗੇ ਆਗਿਆ ਹੈ ਨਹੀਂ ਸੀ ਪਰ ਪ੍ਰਬੰਧ ਦੇ ਬਿਨਾ ਆਗਿਆ ਦੇ ਪ੍ਰਬੰਧ ਕਿਉਂ ਇਹ ਦਿੱਲੀ ਪਹਿਲੀ ਵਾਰ ਨਹੀਂ ਆ ਤੁਹਾਨੂੰ ਯਾਦ ਹੋਣਾ ਵਾ 8 ਅਗਸਤ 2021 ਨੂੰ ਵੀ ਜੰਤਰ ਮੰਤਰ ਤੇ ਇੱਕ ਹਿੰਦੂ ਮਹਾਪੰਚਾਇਤ ਹੁੰਦੀ ਹੈ ਤੇ ਉਹਦਾ ਸੇਵ ਇੰਡੀਆ ਦਾ ਕਰਤਾ ਧਰਤਾ ਇੱਕ ਪ੍ਰੀਤ ਸਿੰਘ ਉਹ ਕਰਾਉਂਦਾ 8 ਅਗਸਤ ਦੀ ਗੱਲ ਆ 2021 ਦੀ ਗੱਲ ਆ ਉਦੋਂ ਵੀ ਮੁਸਲਮ ਵਿਰੋਧੀ ਨਾਰੇबाजी ਹੋਈ ਸੀ ਪੀਤ ਸਿੰਘ ਤੇ ਪਿੰਕੀ ਭਈਆ ਨੂੰ ਦਿੱਲੀ ਜਿਹੜੀ ਪੁਲਿਸ ਹੈ ਉਹਨੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਸ ਤੋਂ ਬਾਅਦ ਦਸੰਬਰ ਮਹੀਨੇ ਦੀ ਗੱਲ ਆ ਜਦੋਂ ਹਰਦਵਾਰ ਦੇ ਵਿੱਚ ਧਰਮ ਸੰਸਦ ਲੱਗਦੀ ਆ ਉਦੋਂ ਵੀ ਵਾਦ ਹੋਇਆ ਸੀ ਉਦੋਂ ਵੀ ਧਰਮ ਸੰਸਦ ਦੇ ਵਿੱਚ ਸ਼ਸਤਰ ਚੁੱਕਣ ਮੁਸਲਮਾਨ ਪ੍ਰਧਾਨ ਮੰਤਰੀ ਨਾ ਨਹੀਂ ਬਣ ਦੇਣਾ ਸੀ ਮੁਸਲਮਾਨ ਆਬਾਦੀ ਨਾ ਵਦੇ ਧਰਮ ਦੀ ਰੱਖਿਆ ਦੇ ਨਾਮ ਤੇ ਵੀ ਵਿਵਾਦਤ ਭਾਸ਼ਣ ਹੋਏ ਸੀਗੇ ਸਾਧੂ ਸੰਤ ਬੈਠੇ ਸੀਗੇ ਫਿਰ ਨਰਸਿੰਘ ਆਨੰਦ ਨੂੰ ਹੇਟ ਸਪੀਚ ਨਾਲ ਕਰਕੇ ਗ੍ਰਿਫਤਾਰ ਹੁੰਦਾ ਵਾ ਤੇ ਛਤੀਸਗੜ ਦੇ ਰਾਏਪੁਰ ਦੇ ਵਿੱਚ ਵੀ ਹੋਈ ਸੀ ਧਰਮ ਸੰਸਦ ਤੇ ਉੱਥੇ ਮਹਾਤਮਾ ਗਾਂਧੀ ਦੇ ਖਿਲਾਫ ਇਤਰਾਜਯੋਗ ਬਿਆਨ ਵੀ ਦਿੱਤਾ ਗਿਆ ਸੀਗਾ ਹੁਣ ਉਹ ਕਹਿੰਦੇ ਆ ਕਿ ਜਿਹੜਾ ਕਾਲੀ ਚਰਨ ਮਹਾਰਾਜ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਮੱਧ ਪ੍ਰਦੇਸ਼ ਵਿੱਚ ਇਸੇ ਮਾਮਲੇ ਦੇ ਵਿੱਚ ਧਰਮ ਸੰਸਦ ਦੇ ਵਿੱਚ ਹੇਟ ਸਪੀਚ ਦੇ ਮਾਮਲੇ ਉਹ ਰੁਕੇ ਨਹੀਂ ਆ ਰਾਜੀ ਹਲੇ ਉਹ ਕਹਿੰਦੇ ਕਿ ਭਵਿੱਖ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਜਾਰੀ ਰੱਖਾਂਗੇ ਤੇ 11 ਮਾਰਚ ਨੂੰ ਦਸਨਾ ਦੇਵੀ ਦੇ ਹਿਮੰਦਰ ਦੇ ਵਿੱਚ ਲੱਗੇ ਨਲਕੇ ਉਹ ਪਾਣੀ ਪੀ ਲਿਆ ਸੀ ਇੱਕ ਜਵਾਕ ਨੇ ਤੇ ਉਹਨੂੰ ਬੇਰਹਿਮੀ ਨਾਲ ਕੁੱਟੇ ਨਹੀਂ ਸਕੋ ਕੁੱਟਣ ਦਾ ਵੀਡੀਓ ਬਣਾ ਕੇ ਵਾਇਰਲ ਕੀਤਾ ਸੀ ਤੇ ਇਹ ਜਿਹੜਾ ਕੁਝ ਸਾਰਾ ਕੁਝ ਹੋਇਆ ਸੀ ਉਹ ਬੰਦੇ ਇਹਨਾਂ ਦੇ ਵਿੱਚ ਹੀ ਸੀਗੇ ਸੋ ਅ ਗੰਗੀਨੰਦਨ ਯਾਦਵ ਆ ਜਿਹਦੇ ਨਾਲ ਵੀਡੀਓ ਸ਼ੂਟ ਕੀਤਾ ਸੀਗਾ ਉਹ ਆਸੀਫ ਨੂੰ ਕੁੱਟਣ ਵਾਲਾ ਤੇ ਉਹ ਸ਼ਿਵਾਨੰਦ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋਈਆਂ ਨੇ ਦੇਸ਼ ਦੀ ਕੈਪੀਟਲ ਦੇ ਵਿੱਚ ਖੜਕੇ ਬੰਦੇ ਜਿਹੜੇ ਸ਼ਰਿਆਮਿਕ ਮਿਨੋਰਟੀ ਨੂੰ ਟਾਰਗੇਟ ਕਰ ਰਹੇ ਔਰ ਇਹ ਹੋ ਚੁੱਕਿਆ ਆ ਤੁਸੀਂ ਦੇਖੋ 84 ਸਿੱਖ ਕਤਲਿਆ ਔਰ ਮਾਫ ਕਰਨਾ ਕਈ ਤਾਂ ਲੋਕ ਉਹਨੂੰ ਦਿੱਲੀ ਹਿੰਸਾ ਹੀ ਕਹੇ ਜਾਂਦੇ ਆ ਭਲੇਕੇ ਦੇ ਨਾਲ ਇਹ ਹਿੰਸਾ ਵਾ ਜਿਹੜੀ 2021 ਦੇ ਵਿੱਚ 2020-21 ਦੇ ਵਿੱਚ ਹੋਈ ਆ ਜਿਹੜੇ ਵਿੱਚ ਇਹਨਾਂ ਦਾ ਇੱਕ ਬੰਦਾ ਵੀ ਸ਼ਾਮਲ ਸੀਗਾ ਬੀਜੇਪੀ ਦਾ ਪੁਲਿਸ ਦੀ ਹਾਜ਼ਰੀ ਦੇ ਵਿੱਚ ਉਹਨੇ ਵੀ ਅਰੇ ਲਾਈਸਰ ਅਨੁਰਾਗ ਠਾਕੁਰ ਅਨੁਰਾਗ ਠਾਕੁਰ ਉਹਦੇ ਵਿੱਚ ਸਟੇਜਾਂ ਤੇ ਖੜ ਕੇ ਗੱਲ ਕਹਿੰਦਾ ਦੇਸ਼ ਕੇ ਗਦਾਰੋਂ ਨੂੰ ਗੋਲੀ ਮਾਰੋ ਡੈਸ਼ ਡੈਸ਼ ਹੂੰ ਤੇ ਉਹ ਉਹ ਇੱਕ ਮੇਰੇ ਫੋਨ ਦੇ ਵਿੱਚ ਜਾਂ ਗੂਗਲ ਤੇ ਤੁਹਾਨੂੰ ਵੀਡੀਓ ਮਿਲ ਜਾਣੀ ਜਿਹਦੇ ਵਿੱਚ ਸਾਡੇ ਜਿਹੜੇ ਸਾਬਕਾ ਕੇਂਦਰੀ ਮੰਤਰੀ ਨੇ ਹਰਸੀਮਰਤ ਬਾਦਲ ਉਹਨਾਂ ਨੇ ਇਸ ਕਰਕੇ ਐ ਆਪੋਜ਼ ਦਿੱਤਾ ਹੈ ਹੱਥ ਨੂੰ ਧੋ ਐਂ ਕਰੀ ਜਾਂਦੇ ਇਸ ਤਰ੍ਹਾਂ ਹਮ ਅਕਾਲੀ ਦਲ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਿਹਾ ਹੈ ਪਰ ਹੋਣੀ ਚਾਹੀਦੀ ਹੈ ਪਰ 10 ਸਾਲ ਅਸੀਂ ਸੱਤਾ ਦੇ ਵਿੱਚ ਲਾਤੇ ਨਹੀਂ ਯਾਦ ਆਏ ਉਹੋ ਗੱਲਾਂ ਕਰਨ ਵਾਲੇ ਵੀ ਅਸੀਂ ਜਿੱਲਾਂ ਸੁਟੀ ਰੱਖੇ 7 ਸਾਲ ਦੀ ਗੱਲ ਹੈ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਿਆ ਨੇ ਹੋ ਗਏ ਖੇਤੀ ਕਰੂਨਾ ਤੋਂ ਪਹਿਲਾਂ ਸਾਨੂੰ ਕੁਝ ਵੀ ਯਾਦ ਨਹੀਂ ਆਇਆ ਪਰ ਅੱਜ ਅਸੀਂ ਰੋਲਾ ਪਾਉਣਾ ਵਾ ਅੱਜ ਤੱਕ ਇਹਨੇ ਕਿ ਚਲੋ ਬੰਦੀ ਸਿੰਘ ਰਹਾ ਹੋ ਜਾਣ ਕੋਈ ਵੀ ਕਰਾ ਦੇਵੇ ਸ਼ਾਬਾਸ਼ ਇਹੋ ਦੇ ਪਰ ਜਦੋਂ ਪਾਵਰ ਦੇ ਵਿੱਚ ਉਦੋਂ ਜ਼ੁਬਾਨ ਬੰਦ ਕਿਉਂ ਉਦੋਂ ਕੌਮ ਦੇ ਹਿੱਤ ਪੰਜਾਬ ਦੇ ਹਿੱਤ ਪੰਜਾਬ ਦੇ ਵਸੀਲੇ ਪੰਜਾਬ ਦੇ ਪਾਣੀਆ ਚੰਡੀਗੜ੍ਹ ਇਹ ਉਦੋਂ ਗੱਲਾਂ ਕਿਉਂ ਨਹੀਂ ਹੁੰਦੀਆਂ ਸਾਡੀ ਹੈਰਾਨੀ ਦਾ ਕਾਰਨ ਇਹ ਹੈ ਸੋ ਦੇਸ਼ ਦੀ ਕੈਪੀਟਲ ਦੇ ਵਿੱਚ ਖੜ ਕੇ ਇਸ ਤਰ੍ਹਾਂ ਦੀਆਂ ਪੜਕਾਉ ਚੀਜ਼ਾਂ ਔਰ ਇਹਨਾਂ ਇਹਨਾਂ ਚੀਜ਼ਾਂ ਦਾ ਪ੍ਰੋਵੋਕਨ ਹੋਣਾ ਰਾਜੀ ਬਹੁਤ ਚਿੰਤਾਜਨਕ ਗੱਲ ਆ ਪਰ ਮਾੜੀ ਗੱਲ ਇਹ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਜਿਨ੍ਹਾਂ ਤੇ ਦੋਸ਼ ਲੱਗਦਾ ਕਿ ਇਹ ਜਥੇਬੰਦੀਆਂ ਦੇ ਲੋਕ ਕੱਟੜਪੰਥੀ ਲੋਕ ਉਹਨਾਂ ਦੇ ਬੈਗ ਨਹੀਂ ਪਰਚੇ ਦਾ ਹੋਣੇ ਇਨਵੈਸਟੀਗੇਸ਼ਨ ਚ ਲੈਂ ਇੱਕ ਅਲੱਗ ਚੀਜ਼ ਆ ਪਰ ਤੁਸੀਂ ਦੇਖੋ ਕਿ ਕਿਵੇਂ ਭਾਈਚਾਰਕ ਜਿਹੜੀ ਸਾਂਝ ਆ ਉਸ ਫਿਰਕੂ ਜਿਹੜਾ ਇੱਕ ਸਦਭਾਵਨਾ ਦਾ ਮਾਹੌਲ ਆ ਉਹਨੂੰ ਤਾਰੂ ਪਿੱਡਕ ਕੀਤਾ ਜਾ ਰਿਹਾ ਵਾ ਕਿਸ ਤਰੀਕੇ ਦੇ ਨਾਲ ਜੀ ਬਿਲਕੁਲ ਆਗਿਆ ਨਹੀਂ ਇਹਨਾਂ ਨੂੰ ਉਹ ਕਰਨ ਦੀ ਤੇ ਇਹ ਕਿਦਾਂ ਐਡੀ ਵੱਡੀ ਜਿਹੜੀ ਮਹਾਪੰਚਾਇਤ ਕਰ ਜਾਂਦੇ ਆ ਦਿੱਲੀ ਪੁਲਸ ਨੂੰ ਮੁਲਜ਼ਮ ਬਸਤੇ ਚੜੇ ਨਾਰੇ ਮਾਰਦੇ ਉਹ ਨਹੀਂ ਨਜ਼ਰ ਆਉਂਦੇ ਪਰ ਕੋਈ ਵਟਸਐਪ ਤੇ ਕੀ ਕਹਿੰਦਾ ਆ ਉਹ ਉਹਨਾਂ ਨੂੰ ਪਤਾ ਰਹਿੰਦਾ ਤੁਸੀਂ ਉਹਨਾਂ ਹਿਸਾਬ ਲਾ ਲੋ ਪੀ ਅੱਖਾਂ ਤੇ ਪਰਦਾ ਪਾਉਣਾ ਮੂੰਹ ਪਰੇ ਵੱਟ ਲੈਣਾ ਇਹ ਕਹਾਵਤਾ ਕਿਉਂ ਬਣੀਆਂ ਸੀ ਕਿ ਜਿਹੜੀਆਂ ਇਹ ਗੱਲਾਂ ਸੀ ਆਹ ਕਰਤੂਤਾ ਸੀ ਹੋਰ ਦੇ ਜੀ ਕੋਈ ਇਸ ਦੇ ਵਿੱਚ ਕਸਰ ਸਿਰਫ ਤੇ ਸਿਰਫ ਆਹ ਕਰਤੂਤਾ ਸੀ ਆਪਣੀ ਵਾਰੀ ਜਦੋਂ ਕਿ ਕੋਈ ਵੀ ਸੱਤਾ ਦੇ ਵਿੱਚ ਹੁੰਦਾ ਹੈ ਜਾਂ ਕਹਿ ਲਓ ਵੀ ਪਾਵਰ ਦੇ ਵਿੱਚ ਹੁੰਦਾ ਹੈ ਉਹ ਆਪਣਿਆਂ ਨੂੰ ਬਚਾਉਣ ਦੀ ਖਾਤਰ ਕਿਸ ਤਰੀਕੇ ਦੇ ਨਾਲ ਅੱਖੋਂ ਪਰੇ ਕਰ ਜਾਂਦਾ ਹੈ ਸਾਰੀਆਂ ਚੀਜ਼ਾਂ ਇਹ ਸਪਸ਼ਟ ਜਿਹੜੇ ਉਦਾਹਰਣ ਆਪਣੇ ਸਾਹਮਣੇ ਨੇ ਇੱਕ ਪਾਸੇ ਇਹਨਾਂ ਨੂੰ ਉਸ ਮੈਦਾਨ ਦੇ ਵਿੱਚ ਕਿ ਕੋਈ ਵੀ ਆਗਿਆ ਨਹੀਂ ਸੀ ਮਿਲੀ ਵੀ ਪ੍ਰੋਗਰਾਮ ਕਰਨ ਦੀ ਔਰ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਰੌਲਾ ਰੱਪਾ ਪਾ ਕੇ ਕੱਲਾ ਹੀ ਨਹੀਂ ਵੀ ਉਹਨਾਂ ਨੇ ਕੱਲਾ ਰੌਲਾ ਰੱਪਾ ਪਾਇਆ ਜਿਹੜੇ ਦੂਜੇ ਧਰਮ ਮੁਸਲਮ ਧਰਮਾਂ ਉਸ ਦੇ ਖਿਲਾਫ ਉਹਨਾਂ ਨੇ ਅੱਗ ਵੀ ਪੜਕੀ ਕਿਸ ਤਰੀਕੇ ਦੇ ਨਾਲ ਹਿੰਸਕ ਹੋਣ ਦੇ ਲਈ ਲੋਕਾਂ ਨੂੰ ਜਿਹੜਾ ਉਹ ਪ੍ਰੇਰ ਰਹੇ ਸੀਗੇ ਭੜਕਾਊ ਭਾਸ਼ਣ ਦਿੱਤੇ ਜਾ ਰਹੇ ਸੀਗੇ ਉਸ ਵੇਲੇ ਦਿੱਲੀ ਪੁਲਿਸ ਦੇ ਅਧਿਕਾਰੀ ਜਿਹੜੀ ਉਹਨਾਂ ਦੀ ਹੀ ਸੁਰੱਖਿਆ 'ਚ ਲੱਗੇ ਹੋਣਗੇ ਉਹਨਾਂ ਨੇ ਕੰਨਾਂ ਵੀ ਕੰਨ ਵੀ ਬੰਦ ਕਰ ਲਏ ਤੇ ਅੱਖਾਂ ਵੀ ਜਿਹੜੀਆਂ ਆ ਉਨਾਂ ਨੇ ਬੰਦ ਕਰ ਲੀਆਂ ਨਾ ਦੇਖਿਆ ਤੇ ਨਾ ਕੁਝ ਸੁਣਿਆ ਕਰਨਾਂ ਤੇ ਇਹਨਾਂ ਨੇ ਕੀ ਸੀਗਾ ਸੋ ਇਹ ਜਿਹੜੇ ਹਾਲਾਤ ਆ ਇਦਾਂ ਦੇ ਬਣੇ ਆ ਬੁੱਲੀ ਬਾਈ ਐਪ ਬਣਾਉਣ ਵਾਲੇ ਮੁੰਡੇ ਦੇ ਬਾਰੇ ਲੋਕ ਜਿਹੜੇ ਜਾਣਦੇ ਹੋਣਗੇ ਵੀ ਇਦਾਂ ਕਿਸ ਤਰੀਕੇ ਦੇ ਨਾਲ ਇੱਕ ਇੰਜੀਨੀਅਰਿੰਗ ਕਰ ਰਹੇ ਮੁੰਡੇ ਇਹਨਾਂ ਦੀਆਂ ਭੜਕਾਉ ਪਾਸ਼ਨਾ ਦੇ ਵਿੱਚ ਇੰਨਾ ਗੱਲਾਂ ਚ ਲੱਗ ਕੇ ਹੂੰ ਜੀ ਆਪਣਾ ਜੀਵਨ ਜਿਹੜਾ ਉਹ ਬਰਬਾਦ ਕਰ ਰਿਹਾ ਹਰ ਵਾਰੇ ਨਿਆਰੇ ਤਾਂ ਉਥੇ ਹੋ ਜਾਂਦੇ ਆ ਵੀ ਲੱਗਦਾ ਸੀ ਵੀ ਸ਼ਾਇਦ ਜੀਵਨ ਬਰਬਾਦ ਹੋ ਜਾਣਾ ਪਰ ਉਥੋਂ ਦੀ ਅਦਾਲਤ ਕਹਿੰਦੀ ਨਹੀਂ ਜੀ ਇਹ ਪ੍ਰੋਮਿਸਿੰਗ ਆ ਇਹਨਾਂ ਦਾ ਭਵਿੱਖ ਜੇਰੇ ਕਿਤੇ ਖਰਾਬ ਨਾ ਹੋ ਜੇ ਇਸ ਲਈ ਇਹਨੂੰ ਬਾਹਰ ਛੱਡ ਦਿੱਤਾ ਜਾਂਦਾ ਹੈ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਪ੍ਰੇਰਨਾ ਪੂਰੀ ਮਿਲ ਰਹੀ ਆ ਵੀ ਤੁਸੀਂ ਜੋ ਕਰੋਗੇ ਅਸੀਂ ਤੁਹਾਨੂੰ ਜਿਹੜਾ ਉਹ ਬਚਾਵਾਂਗੇ ਸੋ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਕੀ ਜਿਹੜਾ ਆ ਉਹ ਹੋ ਜਾਵੇਗਾ ਉੱਥੇ ਗਏ ਪੱਤਰਕਾਰ ਜਿਹੜੇ ਕਹਿੰਦੇ ਵੀ ਮੁਸਲਮ ਧਰਮ ਦੇ ਨਾਲ ਸਬੰਧਤ ਸੀ ਉਹਨਾਂ ਦੇ ਨਾਲ ਕੁੱਟਮਾਰ ਵੀ ਦੇਖੋ ਹੋਗੀ ਉਹਨਾਂ ਦੇ ਨਾਲ ੜਕ ਕੇ ਵੀ ਇਹ ਕੀ ਦੇਖੋ ਬਣ ਰਿਹਾ ਹੈਗਾ ਆ ਇਹ ਸਮਝ ਨਹੀਂ ਆ ਰਹੀ ਵੀ ਇਸ ਟਾਈਮ ਇੰਨੀ ਜ਼ਿਆਦਾ ਅੰਨੀ ਕਿਉਂ ਮਚੀ ਪਈ ਆ ਨਹੀਂ ਬਿਲਕੁਲ ਦੇਖੋ ਉਹ ਕਹਿ ਰਿਹਾ ਜਿਹੜਾ ਇਹਨਾਂ ਦਾ ਮੇਨ ਜਿਹੜਾ ਬੁਲਾਰਾ ਸੀਗਾ ਉਹ ਕਹਿੰਦਾ ਵੀ ਤੁਸੀਂ ਜਿਹੜਾ ਮਹੰਤ ਯਤੀ ਨਰਸਿੰਘਾ ਨੰਦਿਆ ਉਹ ਕਹਿੰਦਾ ਵੀ ਤੁਸੀਂ ਬੱਚੇ ਪੈਦਾ ਕਰੋ ਜੇ Hindu ਆ ਮੁਸਲਮਾਨ ਆਏ ਹੋ ਗਿਆ ਕਿਸੇ ਪਾਰਟੀ ਨੇ ਕੋਈ ਮੁਸਲਮਾਨ ਅਨਾਉਂਸ ਕਰਨ ਦੀ ਗੱਲ ਕਹੀ ਆ ਕਿ ਮੁਸਲਮਾਨ ਪ੍ਰਧਾਨ ਮੰਤਰੀ ਬਣਾਵਾਂਗੇ ਕੋਈ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਹੋ ਰਹੇ ਆ ਹੁਣ ਇੱਕ ਵੀ ਚੀਜ਼ ਹੈ ਨਹੀਂ ਕਿ ਔਰ ਇਹ ਬੰਦੇ ਜਿਹੜੀਆਂ ਸਤਿ ਭਾਵਨਾਵਾਂ ਦੀਆਂ ਫਿਜ਼ਾਵਾਂ ਨੇ ਉਹਨਾਂ ਦੇ ਵਿੱਚ ਜ਼ਹਿਰ ਘੋਲ ਰਹੇ ਆ ਇਹਨਾਂ ਦੇ ਉੱਤੇ ਐਕਸ਼ਨ ਹੋਊ ਨਾ ਹੋਊ ਇਹ ਬਾਅਦ ਦੀਆਂ ਗੱਲਾਂ ਨੇ ਰਾਜ ਜੀ ਪਰ ਇੱਕ ਪਾਸੇ ਜਦੋਂ ਅਸੀਂ ਕਿਨੇ ਜਦੋਂ ਬੰਦਾ ਕੋਈ ਵੀ ਗੱਲ ਕਰਦਾ ਤੇ ਹੱਕਾਂ ਦੀ ਗੱਲ ਕਰਦਾ ਮਾਓਵਾਦੀਆਂ ਦੀ ਗੱਲ ਕਰਦਾ ਤੇ ਉਹਨੂੰ ਅਰਬਨ ਨਕਸਲ ਕਹਿ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਇਸੇ ਤਰ੍ਹਾਂ ਤੁਸੀਂ ਪੰਜਾਬ ਦੀ ਗੱਲ ਕਰ ਲਓ ਖੁੱਲੇ ਆਮ ਕਰ ਲਓ ਔਰ ਉਹ ਉਹਨੂੰ ਸਿੱਖ ਪ੍ਰੋਸਪੈਕਟ ਤੋਂ ਕਰ ਲਓ ਤਾਂ ਤੁਹਾਨੂੰ ਲਿੰਕਡ ਕੀਤਾ ਜਾਏਗਾ ਖਾਲਿਸਤਾਨ ਦੇ ਨਾਲ ਤੁਹਾਨੂੰ ਕਿਹਾ ਜਾਏਗਾ ਕਿ ਇਸ ਤਰ੍ਹਾਂ ਨਹੀਂ ਹੈ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਵਿਚਾਰਧਾਰਾਵਾਂ ਨੇ ਜਿਨ੍ਹਾਂ ਲੋਕਾਂ ਨੂੰ ਤੰਗ ਕੀਤਾ ਜਾਂਦਾ ਅਰਬਨ ਨਕਸਲ ਕਿਹਾ ਜਾਂਦਾ ਕਦੇ ਕੁਸ਼ ਕਰ ਜਾਂਦਾ ਪਰ ਜਦੋਂ ਐਸੀਆਂ ਚੀਜ਼ਾਂ ਜਿਹੜੀਆਂ ਬਿਨਾ ਕਿਸੇ ਮਦਾਂ ਜਿ ਬਿਨਾ ਕਿਸੇ ਆਗਿਆ ਦੇ ਨੇ ਔਰ ਦੇਸ਼ ਦੀ ਕੈਪੀਟਲ ਦੇ ਵਿੱਚ ਖੜ ਕੇ ਇਸ ਤਰ੍ਹਾਂ ਦੀਆਂ ਢੜਕਾਉ ਚੀਜ਼ਾਂ ਨੂੰ ਸ਼ਰਿਆਮ ਉੱਥੇ ਮੀਡੀਆ ਦੇ ਜਿਹੜੇ ਮੋਸਟਲੀ ਜਿਹੜੇ ਪਹਿਲੀ ਲਾਈਨ ਦੇ ਲੋਕ ਆ ਜਾਂ ਸਰਕਾਰੀ ਲੋਕ ਆ ਉੱਥੇ ਬੈਠੇ ਆ ਪੁਲਿਸ ਦੀ ਹਾਜ਼ਰੀ ਆ ਔਰ ਸਾਰਾ ਕੁਝ ਉਹਦੇ ਵਿਚਾਲੇ ਖੜ ਕੇ ਕੀਤਾ ਇਹਨਾਂ ਤਾਂ ਇੱਥੋਂ ਪਤਾ ਲੱਗਦਾ ਕਿ ਚੀਜ਼ਾਂ ਪਹਿਲਾਂ ਤੋਂ ਸੈੱਟ ਨੇ ਪਰਸੈਪਸ਼ਨਾਂ ਬਿਲਡ ਕੀਤੀਆਂ ਜਾਂਦੀਆਂ ਸਰਕਾਰਾਂ ਦੁਆਰਾ ਪਰਸੈਪਸ਼ਨਾਂ ਦੇ ਵਿੱਚ ਹਮੇਸ਼ਾ ਸਰਕਾਰਾਂ ਦੇ ਸਰਕਾਰਾਂ ਨੈਰੇਟਿਵ ਕਾਢਣ ਦੇ ਵਿੱਚ ਅੱਗੇ ਹੁੰਦੀਆਂ ਹੁਣ ਤੁਸੀਂ ਦੇਖੋ ਵੀ ਧਰਮ ਸੰਸਦਾਂ ਜਾਂ ਹਿੰਦੂ ਮਹਾਪੰਚਾਇਤ ਕਸ਼ਮੀਰ ਫੈਜ਼ ਦਾ ਕੀ ਲੈਣਾ ਦੇਣਾ ਕਸ਼ਮੀਰ ਫੈਜ਼ ਦਾ ਕਿ ਫਿਲਮ ਹੈ ਨਾ ਫਿਲਮਾਂ ਤੋਂ ਇਸ ਤੋਂ ਪਹਿਲਾਂ ਸ਼ਿਕਾਰਾ ਵੀ ਆਈਆਂ ਹੋਰ ਬਥੇਰੀਆਂ ਆਈਆਂ ਉਹਨਾਂ ਫਿਲਮਾਂ ਵਾਰੀ ਕਿਉਂ ਨਹੀਂ ਕਿਉਂਕਿ ਇਹ ਫਿਲਮ ਇੱਕ ਖਾਸ ਮਕਸਦ ਦੇ ਨਾਲ ਬਣਾਈ ਗਈ ਹੈ ਇਸ ਫਿਲਮ ਦੇ ਵਿੱਚ ਬਹੁਤ ਸਾਰੀਆਂ ਚੀਜ਼ੀਆਂ ਚੀਜ਼ਾਂ ਐਡ ਆਨ ਕੀਤੀਆਂ ਗਈਆਂ ਜਿਦੇ ਨਾਲ ਮੁਸਲਮ ਫਿਰਕੇ ਪ੍ਰਤੀ ਹੇਟ ਵਧੇ ਜਦ ਕਿ ਅਸੀਂ ਪੰਜਾਬੀ ਰੇਡੀਓ ਯੂਐਸਏ ਦੀ ਮੈਂ ਸਤੇ ਦੱਸ ਚੁੱਕੇ ਹਾਂ ਵੀ ਜਦੋਂ ਕਸ਼ਮੀਰੀ ਹਿੰਦੂਆਂ ਦਾ ਉਜਾੜਾ ਕਿਸੇ ਵੀ ਫਿਰਕੇ ਦਾ ਉਜਾੜਾ ਕਿਤੋਂ ਵੀ ਉਜੜਾ ਅਸੀਂ ਕਹਿੰਦੇ ਕਿ ਬਹੁਤ ਗਲਤਿਆ ਨਹੀਂ ਹੋਣਾ ਚਾਹੀਦਾ ਭਾਵੇਂ ਕਿਸੇ ਵੀ ਫਿਰਕੇ ਨਾਲ ਧੱਕਾ ਹੋਇਆ ਹੋਵੇ ਭਾਵੇਂ ਉਹ ਮੁਸਲਮਾਨਾਂ ਨਾਲ ਹੋਇਆ ਹੋਵੇ ਸਿੱਖਾਂ ਨਾਲ ਹੋਇਆ ਹੋਵੇ ਬੋਧੀਆਂ ਜੈਨਾਂ ਨਾਲ ਕਿਸੇ ਨਾਲ ਵੀ ਹੋਇਆ ਹੋਵੇ ਉਹ ਮਾੜਾ ਆ ਤਾਂ ਜਦੋਂ ਉਹ ਚੀਜ਼ਾਂ ਵਾਪਰੀਆਂ ਤੇ ਅਸੀਂ ਕਿਹਾ ਵੀ ਇਹ ਮਾੜਾ ਹੋਇਆ ਪਰ ਇੱਕ ਖੁਦ ਜਿਹੜੇ ਕਸ਼ਮੀਰੀ ਪੰਡਤ ਆ ਭਾਜੀਪੀ ਦੇ ਰਾਜ ਦੇ ਵਿੱਚ ਧਰਨੇ ਲਾਉਂਦੇ ਰਹੇ ਆ 2016 ਦੀ ਗੱਲ ਆ ਜੋ ਜਿੰਨਾਂ ਨੇ ਇਨਸਾਫ ਲਈ ਧਰਨੇ ਲਾਏ ਉਦੋਂ ਬੀਜੇਪੀ ਕਿੱਥੇ ਸੀ ਜਾਂ ਤਾਂ ਉਦੋਂ ਵੀ ਤੁਸੀਂ ਗੱਲ ਕਰ ਦਿਨਾ ਇਹ ਖੁਦ ਕਸ਼ਮੀਰੀ ਪੰਡਤ ਕਹਿੰਦੇ ਕਿ ਬੀਜੇਪੀ ਸਾਡੇ ਦੁੱਖਾਂ ਦੀ ਮੁਕ ਦਰਸ਼ਕਿਆ ਤੁਸੀਂ ਇਹ ਤੇ ਸਫਾਈ ਕਿਉਂ ਨਹੀਂ ਦਿੰਦੇ ਇਹ ਖੁਦ ਜਿਹੜੇ ਕਸ਼ਮੀਰੀ ਪੰਡਤ ਕਹਿੰਦੇ ਰਹੇ ਵੀ ਹਾਲੇ ਤੱਕ ਬੀਜੇਪੀ ਨੇ ਸਾਡੀ ਸੁਧਨ ਲਈ ਸਾਡੀਆਂ ਸਟੋਰੀਆਂ ਸਾਰੇ ਕਰਦੇ ਨੇ ਸਾਡੇ ਨਾਲ ਫੋਟੋਆਂ ਸਾਰੇ ਲੀਡਰ ਖਚਾਉਂਦੇ ਨੇ ਸਾਡੇ ਇਸ਼ੂ ਨੂੰ ਜਿਹੜਾ ਕੈਸ਼ ਕੀਤਾ ਜਾਂਦਾ ਉਹ ਪੋਲਿਟਿਕਸ ਦੀਆਂ ਬਹੁਤ ਧਿਰਾਂ ਕਰਦੀਆਂ ਪਰ ਸਾਡੇ ਨਾਲ ਕੋਈ ਨਹੀਂ ਖੜਦਾ ਇਹੀ ਬੀਜੇਪੀ ਦੇ ਲੋਕ ਲੋਕਾਂ ਨੂੰ ਇਹ ਕਿਉਂ ਨਹੀਂ ਦੱਸਦੇ ਵੀ ਜਦੋਂ ਉੱਥੋਂ ਕਸ਼ਮੀਰੀ ਹਿੰਦੂਆਂ ਦਾ ਉਜਾੜਾ ਹੋਇਆ ਤੇ ਬਹੁਤ ਸਾਰੇ ਸਿੱਖ ਪਰਿਵਾਰਾਂ ਦਾ ਵੀ ਉਜਾੜਾ ਹੋਇਆ। ਜਦੋਂ ਵਾਇਲੈਂਸ ਹੋਈ ਸੀ ਉਹਦੇ 'ਚ ਸਿੱਖ ਵੀ ਮਾਰੇ ਗਏ ਔਰ ਬਹੁਤ ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਸੀ। ਪਰ ਉਹ ਗੱਲਾਂ ਕਿਉਂ ਨਹੀਂ ਆ ਰਹੀਆਂ ਬਾਹਰ ਕਿਉਂ ਨਹੀਂ ਗੱਡੀਆਂ ਜਾਂਦੀਆਂ। ਤੁਸੀਂ ਐਨਡੀ ਟੀਵੀ ਤੇ ਸਰਚ ਕਰ ਲਓ ਤੁਸੀਂ ਗੂਗਲ ਤੇ ਸਰਚ ਕਰ ਲਓ ਕੋਈ ਆਪਾਂ ਕਿਸੇ ਨੂੰ ਰეკਮੈਂਡਡ ਨਹੀਂ ਕਰਦੇ ਕਿ ਕਿਹੜੇ ادارے ਤੇ ਜਾ ਕੇ ਪੜੋ। ਬਹੁਤ ਸਾਰੀਆਂ ਵੈਬਸਾਈਟਾਂ ਤੁਹਾਨੂੰ ਇਹ ਜੀਆਂ ਮਿਲ ਜਾਣਗੀਆਂ। ਜੇ ਤੁਸੀਂ ਲਿਖੋਗੇ ਟਰੂਥ ਅਬਾਊਟ ਹਿੰਦੂ ਪੋਪੂਲੇਸ਼ਨ ਇਨ ਕਸ਼ਮੀਰ ਜਾਂ ਕਸ਼ਮੀਰੀ ਪੰਡਿਤ ਪੰਡਿਤ ਇਸ਼ੂਜ਼ ਜੇ ਤੁਸੀਂ ਇਹ ਚੀਜ਼ਾਂ ਲੇ ਕੇ ਸਰਚ ਕਰੋਗੇ ਔਨ ਰਿਕਾਰਡ ਨੇ ਚੀਜ਼ਾਂ ਔਰ ਇੱਕ ਤਾਂ ਵੈਬਸਾਈਟ ਐਸਈਓ ਨੇ ਵਿਦ ਫੈਕਟ ਐਂਡ ਫਿਗਰਸ ਚੀਜ਼ਾਂ ਜਿਹੜੀਆਂ ਵਾ ਉਹ ਕੀਤੀਆਂ ਵਾ ਕਿ ਆ ਹੋਇਆ ਸੀ ਪਰ ਇਹਨਾਂ ਇਹਨਾਂ ਚੀਜ਼ਾਂ ਨੂੰ ਪਿੱਛੇ ਕਰਕੇ ਹੁਣ ਇਹਨਾਂ ਨੇ ਚੀਜ਼ਾਂ ਤੇ ਪੋਲਿਟਿਕਸ ਕੀਤੀ ਜਾ ਰਹੀ ਹੈ